ਮੰਤਰੀ ਸੰਗਤ ਸਿੰਘ ਗਿਲਜੀਆਂ ਦਾ ਭਤੀਜਾ ਗ੍ਰਿਫਤਾਰ ਕੀਤਾ ਗਿਆ। ਦੱਸਦੀ ਕਿ ਵਿਜੀਲੈਂਸ ਨੇ ਦਿਲਜੀਤ ਸਿੰਘ ਗਿਲਜੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਤੇ ਟ੍ਰੀ ਗਾਰਡ ਦੇ ਖਰੀਦ ਕਪਲੇ ਦੇ ਵਿੱਚ ਸ਼ਮੂਲੀਅਤ ਦੇ ਤੱਥ ਸਾਹਮਣੇ ਆਏ ਨੇ। ਦੱਸਦੀ ਕਿ ਅੱਜ ਮੋਹਾਲੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣ। ਸਦੱਸਦੀ ਕਿ ਸਾਬਕਾ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜੀਆ ਦੇ ਭਤੀਜੇ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਹੈ। ਸੋ ਰਿਮਾਂਡ ਦੀ ਮੰਗ ਕੀਤੀ ਜਾਏਗੀ ਪੁਲਿਸ ਦੁਆਰਾ। ਅਸੂੰ ਦੇਖਣਾ ਹੋਏਗਾ ਕਿ ਆਖਿਰ ਅੱਗੇ ਦਾ ਜਿਹੜਾ ਕੀ ਹੈ ਉਹ ਮਾਣਯੋਗ ਅਦਾਲਤ ਫੈਸਲਾ ਸੁਣਾਉਂਦੀ ਹੈ। ਦੱਸਦੀ ਕਿ ਜਿਹੜਾ ਮਾਮਲਾ ਉਹ ਟ੍ਰੀ ਗਾਰਡ ਦੇ ਖਰੀਦ ਕਪਲੇ ਦੇ ਵਿੱਚ ਸ਼ਮੂਲੀਅਤ ਦੇ ਤੱਥ ਸਾਹਮਣੇ ਆਏ। ਸੋ ਦੱਸਦੀ ਕਿ ਟ੍ਰੀ ਗਾਰਡ ਦੇ ਖਰੀਦ ਕਪਲੇ ਦੇ ਵਿੱਚ ਸ਼ਮੂਲੀਅਤ ਦੇ ਤੱਥ ਸਾਹਮਣੇ ਆਏ ਨੇ ਤੇ ਮਾਣਯੋਗ ਅਦਾਲਤ ਦੇ ਵਿੱਚ ਅੱਜ ਪੇਸ਼ ਕੀਤਾ ਜਾਣਾ। ਮੋਹਾਲੀ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ। ਵਿਜੀਲੈਂਸ ਨੇ ਦਿਲਜੀਤ ਸਿੰਘ ਗਿਲਜੀਆ ਨੂੰ ਹਿਰਾਸਤ